डेढ़ दो महीने च आइलेट्स करवा के थोनू भेज देंगे तो वो अपना खर्चा किवें कढ़णगे। वो इंस्टीट्यूट जिहड़े सिर्फ IELTS ही करवाउंदे ने, उन्हां दा धंधा आ, उन्हां दा ये बिजनेस आ IELTS करवाउणा। हुण उन्हां दा गोरख धंधा स्टार्ट हुंदा कित्थों, ये कह के आपां थोनू पहलां स्पोकन इंग्लिश दा कोर्स करावांगे, आपां थोनू पहलां ग्रामर पढ़ावांगे। ਤੁਹਾਨੂੰ IELTS ਕਰਵਾਉਣਾ ਸਾਡੀ ਮਜਬੂਰੀ ਆ, ਅਸੀਂ ਕਰਵਾਵਾਂਗੇ ਹੀ ਕਰਵਾਵਾਂਗੇ ਕਿਉਂਕਿ ਤਾਂ ਹੀ ਤਾਂ ਬਾਹਰ ਭੇਜਾਂਗੇ। ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਸਲਟੈਂਸੀ ਚਾਹੁੰਦੇ ਹੋ, ਕੰਸਲਟੈਂਸੀ ਤੁਹਾਨੂੰ ਰੈਫਰਲਸ ਐਡੂਸਿਟੀ ਤੋਂ ਆਲਵੇਜ਼ ਫ੍ਰੀ ਮਿਲੂਗੀ। ਰੈਫਰਲਸ ਐਡੂਸਿਟੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਸੁਰਨ ਸਿੰਘ ਸੰਧੂ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦਾ ਸਾਡਾ ਟੌਪਿਕ ਹੈ ਜੀ IELTS, ਕਿਵੇਂ ਕਲੀਅਰ ਹੋਏਗਾ IELTS ਦਾ ਟੈਸਟ, ਕੀ ਕੰਮ ਕਰਨੇ ਪੈਣਗੇ ਤੁਹਾਨੂੰ ਅਗਰ ਤੁਸੀਂ ਕਲੀਅਰ ਕਰਨਾ IELTS ਦਾ ਟੈਸਟ ਪ੍ਰੋਪਰ। ਤੁਹਾਡੇ ਰਿਕੁਆਇਰਡ ਬੈਂਡ ਲੈਣ ਲਈ ਤੁਹਾਨੂੰ ਕਿਸ ਟਾਈਪ ਦੀ ਸਟੱਡੀ ਕਰਨੀ ਪਏਗੀ, ਤੁਹਾਨੂੰ ਕਿਸ ਟਾਈਪ ਦੀਆਂ ਟੈਕਨੀਕਸ ਚਾਹੀਦੀਆਂ ਨੇ IELTS ਦਾ ਟੈਸਟ ਕਲੀਅਰ ਕਰਨ ਲਈ, ਕਿਹੜਾ ਰਾਈਟ ਇੰਸਟੀਚਿਊਟ ਆ ਜਿੱਥੋਂ ਤੁਸੀਂ IELTS ਦਾ ਟੈਸਟ ਕਰੋ, ਕਿਹੜੇ ਰਾਈਟ ਤਰੀਕੇ ਨੇ, ਕਿਹੜੇ ਕਿਹੜੇ ਰਾਈਟ ਪੈਰਾਮੀਟਰਸ ਨੇ, ਕਿਹੜੇ ਕਿਹੜੇ ਰਾਈਟ ਸਿਲੇਬਸ ਹੈਗਾ, ਕਿਹੜੀਆਂ ਬੁੱਕਸ ਪੜ੍ਹਨੀਆਂ ਚਾਹੀਦੀਆਂ ਨੇ ਤੁਹਾਨੂੰ IELTS ਦਾ ਟੈਸਟ ਕਲੀਅਰ ਕਰਨ ਲਈ, ਮੈਂ ਤੁਹਾਨੂੰ ਅੱਜ ਦੱਸੂੰਗਾ। ਪਲੀਜ਼ ਧਿਆਨ ਨਾਲ ਮੇਰੀ ਪੂਰੀ ਵੀਡੀਓ ਦੇਖਿਓ। IELTS ਕੀ ਹੈ ਜੀ? ਇਹ ਇੱਕ ਟੈਕਨੀਕ ਆ, ਟੈਕਨੀਕ ਜਿੱਦਾਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ, ਇੱਕ ਅਗਰ ਲੋਹੇ ਦੀ ਇੰਨੀ ਮੋਟੀ ਰੋਡ ਨੂੰ ਅਗਰ ਤੁਸੀਂ ਰਿੰਗ ਬਣਾਉਣਾ ਆ, ਅਗਰ ਤੁਸੀਂ ਉਹਨੂੰ ਖਲੀ ਨੂੰ ਦੇ ਦਿੰਦੇ ਹੋ ਜਾਂ ਕਿਸੇ WWF ਦੇ ਪਹਿਲਵਾਨ ਨੂੰ ਦੇ ਦਿੰਦੇ ਹੋ ਕਿ ਇਹਨੂੰ ਘੁਮਾ ਕੇ ਕੜਾ ਬਣਾ ਦਿਉ, ਇਹਦਾ ਰਿੰਗ ਬਣਾ ਦਿਉ, ਨਹੀਂ ਬਣਾ ਸਕਦਾ ਕਿਉਂਕਿ ਉਹਨੂੰ ਬਣਾਉਣ ਦੇ ਲਈ ਇੱਕ ਟੈਕਨੀਕ ਚਾਹੀਦੀ ਆ। IELTS ਕਹਿਣ ਨੂੰ ਤਾਂ ਇੰਗਲਿਸ਼ ਆ, ਬਟ ਇੰਗਲਿਸ਼ ਦੇ ਚਾਰ ਹਿੱਸੇ ਆ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ। ਜਦੋਂ ਬੱਚਾ ਅੱਜ ਦੇ ਜਿਹੜੇ ਨਵੀਂ ਜਨਰੇਸ਼ਨ ਆ, ਜਿਹੜੇ ਹੁਣ +2 ਕਰ ਰਹੇ ਨੇ, ਉਹਨਾਂ 'ਚੋਂ 90% 95% ਉਹ ਸਟੂਡੈਂਟਸ ਨੇ ਜਿਹੜੇ ਸਟਾਰਟਿੰਗ ਦੇ ਵਿੱਚ ਕੋਨਵੈਂਟ ਸਕੂਲਸ ਦੇ ਵਿੱਚ ਪੜ੍ਹੇ ਹੋਏ ਨੇ। ਕੋਨਵੈਂਟ ਸਕੂਲ ਦੇ ਵਿੱਚ ਮਤਲਬ ਜਦੋਂ 3 ਜਾਂ 4 ਸਾਲ ਦਾ ਸੀ ਬੱਚਾ, ਉਦੋਂ ਤੋਂ ਉਹਨੂੰ ਇੰਗਲਿਸ਼ ਸਿਖਾਉਣੀ ਸ਼ੁਰੂ ਕਰਤੀ ਅਤੇ ਘੱਟੋ ਘੱਟ 12 ਪਾਸ ਕੀਤਾ, 12 ਕਲਾਸਾਂ ਉਹ, ਔਰ 2-3 ਉਸ ਤੋਂ LKG UKG, 13 ਤੋਂ 14 ਸਾਲ ਬੱਚਾ ਇੰਗਲਿਸ਼ ਪੜ੍ਹ ਕੇ ਵੀ ਅਗਰ IELTS ਦੀ ਉਹਨੂੰ ਕੋਚਿੰਗ ਲੈਣੀ ਪੈਂਦੀ ਆ, ਤਾਂ ਇਹਦੇ ਵਿੱਚ ਕੁਝ ਨਾ ਕੁਝ ਤਾਂ ਟੈਕਨੀਕਸ ਜ਼ਰੂਰ ਚਾਹੀਦੀਆਂ ਹੋਣਗੀਆਂ, ਕਿਉਂਕਿ 15 ਸਾਲ ਇੰਗਲਿਸ਼ ਪੜ੍ਹ ਕੇ ਵੀ ਅਸੀਂ ਅਗਰ ਇੰਗਲਿਸ਼ ਦਾ ਟੈਸਟ ਕਲੀਅਰ ਨਹੀਂ ਕਰ ਪਾ ਰਹੇ, ਕੁਛ ਤਾਂ ਵਜ੍ਹਾ ਹੋਊਗੀ ਨਾ ਕਿ ਕਿਉਂ ਨਹੀਂ ਕਰ ਪਾ ਰਹੇ, ਕਿਉਂਕਿ ਇਹ ਇੱਕ ਇੰਗਲਿਸ਼ ਨਹੀਂ ਹੈ, ਇਹ ਨੋਰਮਲ ਇੰਗਲਿਸ਼ ਨਹੀਂ ਆ, ਇਹਦੇ ਵਿੱਚ ਕੁਛ ਟੈਕਨੀਕਸ ਨੇ। ਮੈਂ ਦੱਸ ਰਿਹਾ ਸੀ ਕਿ ਉਹ ਰਿੰਗ, ਉਹ ਕੜਾ ਇੰਨਾ ਮੋਟਾ, ਖਲੀ ਜਾਂ WWE ਦਾ ਪਹਿਲਵਾਨ ਵੀ ਨਹੀਂ ਉਹਨੂੰ ਕੜਾ ਬਣਾ ਸਕਦਾ ਇੰਨੇ ਮੋਟੇ ਰੋਡ ਨੂੰ, ਬਟ ਇੱਕ ਲੋਹਾਰ ਦਾ 7-8 ਸਾਲ ਦਾ ਬੱਚਾ ਵੀ 15-20 ਮਿੰਟਾਂ ਦੇ ਵਿੱਚ ਇੰਨੀ ਮੋਟੀ ਰੋਡ ਨੂੰ ਇੱਕ ਕੜੇ ਦੇ ਵਿੱਚ ਤਬਦੀਲ ਕਰ ਦਿੰਦਾ, ਕਿਉਂਕਿ ਉਹਨੂੰ ਟੈਕਨੀਕ ਆਉਂਦੀ ਆ, ਉਹਨੂੰ ਪਤਾ ਕਿ ਇਹਨੂੰ ਅੱਗ ਦੇ ਵਿੱਚ ਪਾਉਣਾ, ਜਦੋਂ ਸੰਤਰੀ ਕਲਰ ਹੋਣਾ ਤਾਂ ਹੈਮਰ ਕਰਨਾ, ਥੋੜੀ ਮਾਰਨੀ ਆ ਅਤੇ ਉੱਥੋਂ ਉੱਥੋਂ ਮਾਰਨੀ ਆ ਅਤੇ ਇਹਨੂੰ ਘੁਮਾ ਕੇ ਕੜਾ ਬਣਾ ਦੇਣਾ। ਹਰ ਕੰਮ ਦੀ ਇੱਕ ਟੈਕਨੀਕ ਹੁੰਦੀ ਆ ਜੀ, ਉਹ ਬਿਨਾਂ ਟੈਕਨੀਕ ਤੋਂ ਉਹ ਕੰਮ ਨਹੀਂ ਕੀਤਾ ਜਾ ਸਕਦਾ। IELTS ਦੀ ਕੀ ਟੈਕਨੀਕ ਆ ਜੀ, ਇਹ ਮੈਂ ਹੁਣ ਤੁਹਾਨੂੰ ਅੱਜ ਦੱਸਣ ਲੱਗਿਆ। ਜਦੋਂ ਘੜੇ ਦੇ ਵਿੱਚ ਪਾਣੀ ਹੋਊਗਾ ਤਾਂ ਘੜੇ 'ਚੋਂ ਪਾਣੀ ਨਿਕਲੂਗਾ, ਜਦੋਂ ਕਿਸੇ ਬਕਟ ਦੇ ਵਿੱਚ, ਕਿਸੇ ਬਾਲਟੀ ਦੇ ਵਿੱਚ ਪਾਣੀ ਹੋਊਗਾ ਤਾਂ ਪਾਣੀ ਨਿਕਲੂਗਾ। ਇੱਕ ਨੈਚੁਰਲ ਪ੍ਰੋਸੈਸ ਆ ਇਨਪੁੱਟ ਐਂਡ ਆਊਟਪੁੱਟ ਦਾ, ਜਿੰਨੀ ਇੰਗਲਿਸ਼ ਤੁਹਾਡੇ ਅੰਦਰ ਜਾਊਗੀ ਉਨੀ ਇੰਗਲਿਸ਼ ਤੁਹਾਡੇ ਤੋਂ ਬਾਹਰ ਨਿਕਲੂਗੀ। ਬਟ ਹੋ ਕੀ ਰਿਹਾ ਜੀ ਅੱਜ ਦੇ IELTS ਇੰਸਟੀਚਿਊਟ ਦੇ ਵਿੱਚ? ਇੱਕ ਤਾਂ ਦੁਕਾਨਾਂ ਖੁੱਲ੍ਹ ਗਈਆਂ ਛੋਟੀਆਂ ਛੋਟੀਆਂ ਸਾਰੀਆਂ, ਤੁਸੀਂ ਕੋਈ ਵੀ ਕੰਮ ਕਰਨਾ, ਤੁਸੀਂ ਫਾਰਮਾਸਿਸਟ ਬਣਨਾ, ਤੁਸੀਂ ਦੁਨੀਆ ਦਾ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ, ਤੁਹਾਨੂੰ ਲਾਇਸੈਂਸ ਚਾਹੀਦਾ, ਬਟ IELTS ਦਾ ਇੰਸਟੀਚਿਊਟ ਖੋਲ੍ਹਣਾ, ਤੁਹਾਨੂੰ ਕੋਈ ਲਾਇਸੈਂਸ ਨਹੀਂ ਚਾਹੀਦਾ, ਤੁਹਾਡੀ ਕੋਈ ਡਿਗਰੀ ਨਹੀਂ ਚਾਹੀਦੀ, ਤੁਸੀਂ 10ਵੀਂ ਫੇਲ ਹੋ, ਅਨਪੜ੍ਹ ਹੋ, ਤੁਸੀਂ IELTS ਦਾ ਇੰਸਟੀਚਿਊਟ ਖੋਲ੍ਹ ਸਕਦੇ ਹੋ। ਜਦੋਂ ਕੋਈ ਤੁਸੀਂ ਫੈਕਟਰੀ ਲਾਉਣੀ ਆ, ਕੋਈ ਫਰਮ ਖੜੀ ਕਰਨੀ ਆ, ਕੋਈ ਕਾਲਜ ਖੋਲ੍ਹਣਾ, ਕੋਈ ਪ੍ਰੋਡਕਸ਼ਨ ਕੰਪਨੀ ਖੋਲ੍ਹਣੀ ਆ, ਕੋਈ ਵੀ ਕੰਮ ਕਰਨਾ, ਤੁਹਾਨੂੰ ਇਨਫਰਾਸਟ੍ਰਕਚਰ ਚਾਹੀਦਾ, ਕਰੋੜਾਂ ਲੱਖਾਂ ਰੁਪਈਏ ਚਾਹੀਦੇ ਨੇ, 50 ਜਗ੍ਹਾ ਤੋਂ ਤੁਹਾਨੂੰ ਲਾਇਸੈਂਸ ਐਂਡ ਤੁਹਾਨੂੰ ਐਫੀਲੀਏਸ਼ਨ ਚਾਹੀਦੀਆਂ, ਅਪਰੂਵਲ ਚਾਹੀਦੀਆਂ। ਬਟ IELTS ਦਾ ਇੰਸਟੀਚਿਊਟ ਖੋਲ੍ਹਣ ਲਈ ਤੁਹਾਨੂੰ ਕੀ ਚਾਹੀਦਾ? ਇੱਕ ਕਮਰਾ ਚਾਹੀਦਾ, ਔਰ 20-30-25 ਡੈਸਕ ਚਾਹੀਦੇ ਨੇ, ਔਰ ਇੱਕ ਬਲੈਕ ਬੋਰਡ ਔਰ ਵਾਈਟ ਬੋਰਡ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ। 10ਵੀਂ ਫੇਲ ਹੋ ਖੋਲ੍ਹ ਸਕਦੇ ਹੋ, 10ਵੀਂ ਪਾਸ ਹੋ ਖੋਲ੍ਹ ਸਕਦੇ ਹੋ, ਅਨਪੜ੍ਹ ਹੋ ਖੋਲ੍ਹ ਸਕਦੇ ਹੋ। ਸੋ ਸੋਚੋ ਅਗਰ ਇਹੋ ਜਿਹੇ ਲੋਕਾਂ ਨੇ ਇੰਸਟੀਚਿਊਟ ਜਿਹੜੇ ਖੋਲ੍ਹੇ ਹੋਏ ਨੇ, ਉਹਨਾਂ ਦੇ ਵਿੱਚ ਅਗਰ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਭੇਜ ਰਹੇ ਹੋ, ਕੀ ਭਵਿੱਖ ਬਣ ਰਿਹਾ ਹੋਊਗਾ, ਕੀ ਫਿਊਚਰ ਬਣ ਰਿਹਾ ਹੋਊਗਾ? ਹੁਣ ਉਹਨਾਂ ਦਾ ਗੋਰਖ ਧੰਦਾ ਸਟਾਰਟ ਹੁੰਦਾ ਕਿੱਥੋਂ, ਇਹ ਕਹਿ ਕੇ ਆਪਾਂ ਤੁਹਾਨੂੰ ਪਹਿਲਾਂ ਸਪੋਕਨ ਇੰਗਲਿਸ਼ ਦਾ ਕੋਰਸ ਕਰਾਵਾਂਗੇ, ਆਪਾਂ ਤੁਹਾਨੂੰ ਪਹਿਲਾਂ ਗ੍ਰਾਮਰ ਪੜ੍ਹਾਵਾਂਗੇ। ਅੱਛਾ, ਇਹਦੀ ਇੱਕ ਟੈਕਨੀਕ ਹੈ, ਬਹੁਤ ਧਿਆਨ ਨਾਲ ਮੇਰੀ ਗੱਲ ਸੁਣਿਓ।
कि जे एक कार दे विच चार टायर ने वो कहिंदे आ एक टायर दे विच पूरी हवा भरांगे थोड़ी कार चल पूगी, बाकी तीन टायरों दे विच भावे हवा ही है नहीं। ये कह रहे ने जिहड़े थोनू कहिंदे ने स्पोकन ते ग्रामर करावांगे, क्योंकि स्पोकन एक पार्ट है IELTS दा, चार पार्ट्स ने, तीन होर भी ने। कदे जो तुसी या थोड़े बच्चे जो किसी इंस्टीट्यूट दे विच जांदे आ, कदे थोनू किसी ने कहा कि थोनू पहला रीडिंग दा एक महीना लगवावांगे, थोनू पहला राइटिंग दा एक महीना दो महीने लगवावांगे, स्पोकन क्यों कहिंदे आ? क्योंकि ये गल थोनू हिट करदी है, गल थोड़े साइकोलॉजिकली थोड़े दिमाग च आउंदी है कि हाँ हाँ इंग्लिश बोलनी आनी चाहिए आ, तां ही असीं IELTS कर सकते हो। बिल्कुल गलत आ। इंग्लिश बोलनी आनी चाहिए नाल रीडिंग भी आनी चाहिए आ, लिसनिंग भी आनी चाहिए आ, स्पीकिंग भी आनी चाहिए आ, फिर तुसीं IELTS दा एग्जाम क्लीयर कर सकते हो। ਤੁਸੀਂ ਮੈਂ ਅਗਰ ਆਪਣੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਦੇਖਦਾ, ਅਗਰ ਮੈਂ 100 IELTS ਦੇ TRF ਕਾਰਡ ਦੇਖਦਾ, ਰਿਜ਼ਲਟ ਕਾਰਡ ਦੇਖਦਾ, ਉਹਦੇ ਵਿੱਚੋਂ 70-80 ਬੱਚੇ ਉਹ ਹੁੰਦੇ ਨੇ ਜਿਨ੍ਹਾਂ ਦੇ ਰੀਡਿੰਗ ਦੇ ਵਿੱਚੋਂ ਨੰਬਰ ਘੱਟ ਹੋਏ ਹੁੰਦੇ ਨੇ। ਬਟ ਤੁਹਾਨੂੰ ਕਦੇ ਵੀ ਇੱਕ ਵੀ ਇੰਸਟੀਚਿਊਟ ਨੇ ਇਹ ਨਹੀਂ ਕਿਹਾ ਹੋਊਗਾ ਕਿ ਰੀਡਿੰਗ ਦੇ ਵਿੱਚੋਂ ਅਸੀਂ ਤੁਹਾਡੀ ਪਹਿਲਾਂ ਪ੍ਰੈਕਟਿਸ ਇੱਕ ਮਹੀਨਾ ਦੋ ਮਹੀਨਾ ਕਰਾਵਾਂਗੇ। ਫਿਰ ਜੇ ਸਪੋਕਨ ਦੀ 2 ਮਹੀਨੇ ਦੀ ਪ੍ਰੈਕਟਿਸ ਕਰਵਾਉਣੀ ਆ, ਫਿਰ 2 ਮਹੀਨੇ ਦੀ ਰੀਡਿੰਗ ਦੀ ਕਰਾਓ, 2 ਦੀ ਲਿਸਨਿੰਗ ਦੀ, 2 ਦੀ ਸਪੀਕਿੰਗ, 1 ਸਾਲ ਦਾ ਡਿਪਲੋਮਾ ਇਨ IELTS ਹੀ ਬਣਾ ਦਿਓ, ਫਿਰ ਤਾਂ ਕਿਸੇ ਯੂਨੀਵਰਸਿਟੀ ਨਾਲ ਟਾਈ ਅਪ ਕਰ ਲੈਂਦੇ ਹਾਂ। ਬਿਲਕੁਲ ਗਲਤ ਆ। ਟੈਕਨੀਕ ਕੀ ਨੇ ਜੀ? ਤੁਹਾਨੂੰ 2 ਮਹੀਨੇ ਸਪੋਕਨ ਇੰਗਲਿਸ਼ ਲਗਾਉਣ ਦੀ ਜ਼ਰੂਰਤ ਨਹੀਂ ਅਗਰ ਤੁਸੀਂ IELTS ਕਰਨਾ। 15 ਸਾਲ ਅਗਰ ਤੁਸੀਂ ਪੜ੍ਹ ਕੇ ਵੀ ਇੰਗਲਿਸ਼ IELTS ਨਹੀਂ ਕਰ ਸਕੇ, ਫਿਰ ਕਿੱਦਾਂ ਕਰੋਗੇ? ਇਹਦੀ ਇੱਕ ਬਹੁਤ ਹੀ ਈਜ਼ੀ ਟੈਕਨੀਕ ਆ। ਜਿਹੜੇ 2 ਸਬਜੈਕਟਸ ਦੇ ਉੱਪਰ ਤੁਹਾਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ, ਉਹ ਹੈਗੇ ਆ ਇਨਪੁੱਟ। ਤੁਹਾਡੇ ਅੰਦਰ ਇੰਗਲਿਸ਼ ਜਦੋਂ ਜਾਊਗੀ, ਪਹਿਲਾ ਇਨਪੁੱਟ ਕੀ ਆ? ਪਹਿਲਾ ਇਨਪੁੱਟ ਹੈਗਾ ਆ ਰੀਡਿੰਗ। ਜਿੰਨਾ ਪੜ੍ਹੀ ਜਾਓਗੇ ਉਹ ਤੁਹਾਡੇ ਅੰਦਰ ਜਾਈ ਜਾਊਗਾ, ਜਿੰਨਾ ਪੜ੍ਹੀ ਜਾਓਗੇ। ਦੂਸਰਾ ਇਨਪੁੱਟ ਕੀ ਆ? ਤੁਹਾਡਾ ਲਿਸਨਿੰਗ, ਜਿੰਨਾ ਸੁਣੀ ਜਾਓਗੇ ਇੰਗਲਿਸ਼ ਤੁਹਾਡੇ ਅੰਦਰ ਆਈ ਜਾਊਗੀ। ਸਪੀਕਿੰਗ ਅਤੇ ਰਾਈਟਿੰਗ ਬਾਹਰ ਨਿਕਲਣੀ ਹੈ। ਜਦੋਂ ਤੁਸੀਂ ਕੁਛ ਲਿਖਦੇ ਹੋ ਤੁਸੀਂ ਦਿਮਾਗ ਨਾਲ ਲਿਖਦੇ ਹੋ, ਤੁਹਾਡੇ ਅੰਦਰੋਂ ਚੀਜ਼ਾਂ ਆਉਂਦੀਆਂ ਨੇ। ਜਦੋਂ ਤੁਸੀਂ ਬੋਲਦੇ ਹੋ ਤੁਹਾਡੇ ਅੰਦਰੋਂ ਚੀਜ਼ਾਂ ਆਉਂਦੀਆਂ ਨੇ। ਪਹਿਲਾਂ ਬਾਲਟੀ ਭਰਦਾ ਲਓ, ਪਹਿਲਾਂ ਘੜੇ 'ਚ ਪਾਣੀ ਤਾਂ ਪਾ ਲਓ, ਬਾਹਰ ਬਹੁਤ ਨਿਕਲੂਗਾ ਤੁਹਾਡੇ ਕੋਲ। ਇਹ ਇੱਕ ਟੈਕਨੀਕ ਸੀਗੀ। 100 ਤੋਂ ਵੱਧ ਟੈਕਨੀਕ ਨੇ ਜੀ ਐਵੇਂ ਦੀਆਂ IELTS ਕਰੈਕ ਕਰਨ ਦੀਆਂ, 100 ਤੋਂ ਵੱਧ, ਜਿਹੜੀਆਂ ਕਿ ਮੈਂ ਵੀਡੀਓ 'ਚ ਨਹੀਂ ਦੱਸ ਸਕਦਾ। ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਰੈਫਰਲਸ ਐਡੂਸਿਟੀ ਦੇ ਚੈਨਲ ਦੇ ਉੱਪਰ ਹਰ ਰੋਜ਼ ਤੁਹਾਨੂੰ ਟਿਪਸ ਮਿਲਿਆ ਕਰਨਗੇ IELTS ਦੇ। ਰੈਫਰਲਸ ਐਡੂਸਿਟੀ ਦਾ ਚੈਨਲ ਸਬਸਕ੍ਰਾਈਬ ਕਰ ਲਓ ਜੀ। ਮੇਰੇ ਵੀਡੀਓਜ਼, ਮੇਰੇ ਐਕਸਪਰਟਸ ਦੇ ਵੀਡੀਓਜ਼ ਤੁਹਾਨੂੰ ਹੁਣ ਹਰ ਰੋਜ਼ ਮਿਲਿਆ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ। IELTS ਤੁਸੀਂ ਕਰਨਾ ਚਾਹੁੰਦੇ ਹੋ, 4 ਆਫਿਸਿਸ ਨੇ ਜੀ ਸਾਡੇ, ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਬਠਿੰਡਾ ਐਂਡ ਚੰਡੀਗੜ੍ਹ। ਬਹੁਤ ਵਧੀਆ ਇੰਸਟੀਚਿਊਟ ਬਣਾਏ ਹੋਏ ਨੇ, ਸਟੇਟ ਆਫ ਦਾ ਆਰਟ ਇਨਫਰਾਸਟਰਕਚਰ ਹੈ। ਕੇਂਬਰਿਜ ਯੂਨੀਵਰਸਿਟੀ ਪ੍ਰੈਸ ਜਿਹੜੀ IELTS ਦਾ ਇਗਜ਼ਾਮ ਤਿਆਰ ਕਰਦੇ ਆ, ਉਹਨਾਂ ਵੱਲੋਂ ਸਰਟੀਫਾਈਡ ਟ੍ਰੇਨਰ ਨੇ ਸਾਡੇ ਕੋਲ। ਟੈਕਨੀਕਸ ਦੇ ਨਾਲ IELTS ਕਰਾਵਾਂਗੇ ਜੀ। ਉਹ ਇੰਸਟੀਚਿਊਟ ਕਿਉਂ ਤੁਹਾਨੂੰ 2-2, 3-3, 4-4, 5-5 ਮਹੀਨੇ ਲੰਬਾ ਖਿੱਚਦੇ ਆ? ਕਿਉਂਕਿ ਉਹਨਾਂ ਨੂੰ ਹਰ ਮਹੀਨੇ ਤੁਹਾਡੇ ਤੋਂ ਕਿਸ਼ਤਾਂ ਚਾਹੀਦੀਆਂ ਹੁੰਦੀਆਂ ਨੇ, ਇੰਸਟਾਲਮੈਂਟ ਚਾਹੀਦੀਆਂ। 1.5-2 ਮਹੀਨੇ 'ਚ IELTS ਕਰਵਾ ਕੇ ਤੁਹਾਨੂੰ ਭੇਜ ਦੇਣਗੇ ਤਾਂ ਉਹ ਆਪਣਾ ਖਰਚਾ ਕਿਵੇਂ ਕੱਢਣਗੇ? ਸੋ ਇਹ ਬਹੁਤ ਗਲਤ ਆ। ਅਸੀਂ ਇਕੱਲਾ IELTS ਨਹੀਂ ਚਲਾਉਂਦੇ। ਦੇਖੋ, ਜਿਹੜੇ ਸਿਰਫ ਉਹ ਇੰਸਟੀਚਿਊਟ ਜਿਹੜੇ ਸਿਰਫ IELTS ਹੀ ਕਰਵਾਉਂਦੇ ਨੇ, ਉਹਨਾਂ ਦਾ ਧੰਦਾ ਆ, ਉਹਨਾਂ ਦਾ ਇਹ ਬਿਜ਼ਨਸ ਆ IELTS ਕਰਾਉਣਾ। IELTS ਕਰਾਉਣਾ ਸਾਡਾ ਬਿਜ਼ਨਸ ਨਹੀਂ ਆ, ਸਾਡਾ ਧੰਦਾ ਨਹੀਂ ਆ। ਸਾਡਾ ਬਿਜ਼ਨਸ ਕੀ ਆ? ਤੁਹਾਨੂੰ ਬੱਚਿਓ, ਤੁਹਾਨੂੰ ਬਾਹਰ ਭੇਜਣਾ, ਤੁਹਾਨੂੰ ਡਿਫਰੈਂਟ ਕੰਟਰੀਜ਼ ਦੇ ਵਿੱਚ ਭੇਜਣਾ। ਤੁਹਾਨੂੰ IELTS ਕਰਵਾਉਣਾ ਸਾਡੀ ਮਜਬੂਰੀ ਆ, ਅਸੀਂ ਕਰਵਾਵਾਂਗੇ ਹੀ ਕਰਵਾਵਾਂਗੇ, ਕਿਉਂਕਿ ਤਾਂ ਹੀ ਤਾਂ ਬਾਹਰ ਭੇਜਾਂਗੇ। ਸੋ IELTS ਕਰਵਾਉਣ ਤੋਂ ਲੈ ਕੇ ਵੀ ਆਫਰ ਲੈਟਰ ਮੰਗਵਾਉਣ ਤੱਕ, ਵੀਜ਼ਾ ਲੈ ਕੇ ਦੇਣ ਤੱਕ, ਏਅਰਪੋਰਟ ਪਿਕਅਪ, ਅਕੋਮੋਡੇਸ਼ਨ ਅਰੇਂਜਮੈਂਟ ਕਰਵਾਉਣ ਤੱਕ, ਬੱਚਿਓ ਤੁਹਾਡਾ ਵਰਕ ਪਰਮਿਟ ਦੇ ਵਿੱਚ ਤੁਹਾਡੀ ਹੈਲਪ ਕਰਾਉਣ ਤੱਕ, ਤੁਹਾਡੇ PR ਲੈ ਕੇ ਦੇਣ ਤੱਕ, ਤੁਹਾਡੇ ਸਪਾਊਸ ਨੂੰ ਵੀਜ਼ਾ, ਤੁਹਾਡੇ ਪੇਰੈਂਟਸ ਨੂੰ ਵਿਜ਼ਟਰ ਵੀਜ਼ਾ, ਤੁਹਾਡੇ ਪੇਰੈਂਟਸ ਨੂੰ ਸੁਪਰ ਵੀਜ਼ਾ, ਤੁਹਾਡੇ ਪੇਰੈਂਟਸ ਦੀ ਪਰਮਾਨੈਂਟ ਰੈਜ਼ੀਡੈਂਸੀ ਤੱਕ। ਰੈਫਰਲਸ ਐਡੂਸਿਟੀ 1-stop ਸ਼ੋਪ ਆ ਤੁਹਾਡੇ ਕੋਲ। ਬਿੱਲ C-35, ਜਿਵੇਂ ਸਾਡੇ ਇੱਧਰ IPC ਹੁੰਦੀ ਆ, IPC ਦੀਆਂ ਧਾਰਾਵਾਂ ਹੁੰਦੀਆਂ, ਐਵੇਂ ਹੀ ਕੈਨੇਡਾ ਦੇ ਵਿੱਚ ਬਿੱਲ C-35 ਹੁੰਦਾ, ਜਿਹਦੇ ਅੰਡਰ ਕੈਨੇਡਾ ਦੇ ਵਿੱਚ ਕੋਈ ਵੀ ਕਿਸੇ ਨੂੰ ਬਿਨਾਂ ਆਪਣੇ ਕੋਲ ਲਾਅ ਦਾ ਲਾਇਸੈਂਸ ਤੇ ਕਿਸੇ ਨੂੰ ਕੋਈ ਵੀ ਐਡਵਾਈਜ਼ਰੀ ਜਾਂ ਕਿਸੇ ਨੂੰ ਕੋਈ ਸਲਾਹ ਮਸ਼ਵਰਾ ਨਹੀਂ ਦੇ ਸਕਦਾ। ਤੁਸੀਂ ਅਗਰ ਸਾਡੇ ਸਟੂਡੈਂਟ ਹੋ, ਤੁਸੀਂ ਸਾਡੇ ਥਰੂ ਵੀਜ਼ਾ ਲਿਆ,
ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਸਲਟੈਂਸੀ ਚਾਹੁੰਦੇ ਹੋ, ਤੁਹਾਨੂੰ ਕਿਸੇ ਵੀ ਕੈਨੇਡਾ ਦੇ ਲੋਇਰ ਨੂੰ $500-$300 ਦੇਣ ਦੀ ਲੋੜ ਨਹੀਂ। ਤੁਸੀਂ ਜਦੋਂ ਤੱਕ ਉੱਥੇ ਪੜ੍ਹਦੇ ਹੋ, ਜਦੋਂ ਤੱਕ ਤੁਹਾਨੂੰ ਕੰਸਲਟੈਂਸੀ ਚਾਹੀਦੀ ਆ, ਕੰਸਲਟੈਂਸੀ ਤੁਹਾਨੂੰ ਰੈਫਰਲਸ ਐਡੂਸਿਟੀ ਤੋਂ ਆਲਵੇਜ਼ ਫ੍ਰੀ ਮਿਲੂਗੀ। ਤੁਹਾਨੂੰ ਬਹੁਤ ਸਾਰੇ ਬੈਨੀਫਿਟ ਮਿਲਣਗੇ ਜਦੋਂ ਤੁਸੀਂ ਰੈਫਰਲਸ ਐਡੂਸਿਟੀ ਨਾਲ ਜੁੜਦੇ ਹੋ, ਵੀਜ਼ੇ ਤੋਂ ਪਹਿਲਾਂ ਵੀ, ਵੀਜ਼ੇ ਤੋਂ ਬਾਅਦ ਵੀ। ਰੈਫਰਲਸ ਐਡੂਸਿਟੀ ਦਾ ਸਲੋਗਨ ਇਹ ਆ ਕਿ ਅਸੀਂ ਤੁਹਾਨੂੰ ਸਿਰਫ ਵੀਜ਼ਾ ਨਹੀਂ ਲੈ ਕੇ ਦੇਣਾ, ਵੀਜ਼ਾ ਲੋਕ ਏਜੰਟਾਂ ਦਾ ਕੰਮ ਜਦੋਂ ਵੀਜ਼ਾ ਦੇ ਦਿੰਦੇ ਆ ਤੁਹਾਨੂੰ ਉਦੋਂ ਖਤਮ ਹੋ ਜਾਂਦਾ, ਰੈਫਰਲਸ ਐਡੂਸਿਟੀ ਦਾ ਕੰਮ ਜਦੋਂ ਵੀਜ਼ਾ ਤੁਹਾਨੂੰ ਦੇ ਦਿੰਦੇ ਆ ਉਦੋਂ ਸ਼ੁਰੂ ਹੁੰਦਾ। IELTS ਕਰਨ ਤੋਂ ਲੈ ਕੇ ਕੈਨੇਡਾ ਦੇ ਜਾਂ ਕਿਸੇ ਵੀ ਕੰਟਰੀ ਦੇ ਸਟੂਡੈਂਟ ਵੀਜ਼ਾ ਤੱਕ, ਇਮੀਗ੍ਰੇਸ਼ਨ ਤੱਕ, ਵਿਜ਼ਟਰ, ਟੂਰਿਸਟ, ਬਿਜ਼ਨਸ ਵੀਜ਼ਾ ਤੱਕ, ਜ਼ਰੂਰ ਸਾਨੂੰ ਯਾਦ ਰੱਖੋ 12 ਸਾਲ ਤੋਂ ਤੁਹਾਡੀ ਸੇਵਾ ਕਰਦੇ ਆ ਰਹੇ ਹਾਂ। ਮਹਾਰਾਜ ਗੁਰੂ ਰਾਮਦਾਸ ਜੀ ਕਿਰਪਾ ਕਰਨ, ਅੱਗੇ ਆਉਣ ਵਾਲੇ 50-100 ਸਾਲ ਤੁਹਾਡੀ ਇੱਦਾਂ ਹੀ ਸੇਵਾ ਕਰਦੇ ਰਹੀਏ। ਸੋ ਇੱਕ ਵਾਰ ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿਵੋ, ਫਿਰ ਸਾਡੀਆਂ ਸਰਵਿਸਿਜ਼ ਦੇਖੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ।